ठीक है, नवजोत सिंह सिद्धू की भी बहुत बड़ी फाइल बनी हुई है, उन्हें तो अकाउंटा च ही पैसे ले हुए है, एडा महापुरश है। ਭ੍ਰਿਸ਼ਟ ਮੰਤਰੀਆਂ ਦੀ ਲਿਸਟ ਇਹਨਾਂ ਦੀ ਵੀ ਲੈ ਕੇ ਗਿਆ ਸੀ, ਉਹ ਨਵਜੋਤ ਸਿੰਘ ਸਿੱਧੂ ਦੀ ਵੀ ਲੈ ਕੇ ਗਿਆ ਸੀ, ਤੁਹਾਨੂੰ ਮੈਂ ਯਾਦ ਕਰਾ ਦਿਆਂ। ਠੀਕ ਹੈ, ਨਵਜੋਤ ਸਿੰਘ ਸਿੱਧੂ ਦੀ ਵੀ ਬਹੁਤ ਵੱਡੀ ਫਾਈਲ ਬਣੀ ਹੋਈ ਹੈ, ਉਹਨੇ ਤਾਂ ਅਕਾਊਂਟਾਂ ਚ ਹੀ ਪੈਸੇ ਲਏ ਹੋਏ ਆ, ਐਡਾ ਮਹਾਂਪੁਰਸ਼ ਹੈ। ਸ਼ਰਮਾ ਵਗੈਰਾ ਡਾਇਰੈਕਟਰ ਸੀ, ਇਹਨਾਂ ਦੇ ਬਿਆਨ ਲਿਖੇ ਗਏ ਸੀਗੇ, ਸ਼ਾਇਦ ਆਹੀ ਕੁਸਤਬ ਸ਼ਰਮਾ ਜਾਂ ਕੋਈ ਹੋਰ ਕੋਈ, ਮੈਂ ਅਫਸਰ ਮੇਰੇ ਧਿਆਨ ਚ ਨਹੀਂ ਹੈਗਾ, ਜਿਹਨੇ ਉਸ ਤਫਤੀਸ਼ ਨੂੰ ਹੈਡ ਕੀਤਾ ਸੀਗਾ, ਸਾਰਾ ਕੁਛ ਇਹਨਾਂ ਨੂੰ ਪਤਾ, ਕਿਉਂਕਿ ਇਹ ਹੈਂਡ ਐਂਡ ਗਲਵਸ ਸਾਰਾ ਹੈਗਾ। ਫਿਰ ਇਹ ਕਹਿੰਦੇ ਸਾਨੂੰ ਚੰਗਾ ਕਿਹਾ ਜਾਵੇ, ਜਿਸ ਤਰ੍ਹਾਂ ਦਾ ਹੁਕਮ ਉੱਤੋਂ ਆਉਂਦਾ ਉਹ ਹੱਡੀਆਂ ਜੋੜ ਕੇ ਸਬੂਤ ਮਾਰੀ ਜਾਂਦੇ ਆ, ਥੱਲਿਓਂ ਐਕਸਪੈਕਟ ਕਰਦੇ ਕਿ ਥੱਲੇ ਲੋਕ ਇਹਨੂੰ ਚੰਗਾ ਕਹਿਣ। ਤੁਸੀਂ ਜੇ ਚੰਗਾ ਹੋਊ ਤਾਂ ਚੰਗਾ ਕਹੋ। ਅੱਜ ਆਪਣਾ ਤਜਰਬਾ ਹੀ ਦੱਸ ਦਿਓ ਕਿ ਅੰਦਰ ਵੀ ਰਹੇ ਹੋ ਮਹਿਕਮੇ ਦੇ, ਅਫਸਰਾਂ ਨੂੰ ਡਰ ਕਿਹੜੀ ਗੱਲ ਦਾ ਪੈ ਜਾਂਦਾ ਕਿ ਉੱਤੋਂ ਹੁਕਮ ਆ ਗਿਆ ਤਾਂ ਮੰਨਣਾ ਹੀ ਮੰਨਣਾ ਹੈ ਜਾਂ ਆਪਣੀ ਦਲੇਰੀ ਦੇ ਨਾਲ ਕਦਮ ਚੁੱਕ ਕੇ ਵੀ ਜਾ ਸਕਦੇ? ਕੁਰਸੀ ਦਾ ਖਾ, ਠੀਕ ਹੈ, ਕੁਰਸੀ ਨਹੀਂ ਛੱਡਣਾ ਚਾਹੁੰਦੇ, ਠੀਕ ਹੈ, ਕੁਰਸੀ ਦੇ ਨਾਲ ਹੀ ਮਰਨਾ ਚਾਹੁੰਦੇ ਆ, ਠੀਕ ਹੈ, ਕੁਰਸੀ ਦੇ ਨਾਲ ਹੀ ਪੈ, ਜਿਵੇਂ ਬੰਦਾ ਜਾਂਦਾ ਜਿਵੇਂ ਢਿੱਡ ਚੋਂ ਕੁਰਸੀ ਸਮੇਤ ਆਏ ਸੀ ਅਤੇ ਕਬਰਾਂ ਤੱਕ ਕੁਰਸੀ ਤੱਕ ਜਾਣਾ, ਇਸ ਕੋਸ਼ਿਸ਼ ਦੇ ਵਿੱਚ ਇਹ ਚੀਜ਼ਾਂ ਕਰਦੇ ਆ। ਅਦਰਵਾਈਜ਼ ਟਰਾਂਸਫਰਏਬਲ ਜੋਬ ਹੁੰਦੀ ਹੈ, ਕੋਈ ਦਿੱਕਤ ਹੈ ਨਹੀਂ, ਤੁਸੀਂ ਕੱਲ੍ਹ ਤੱਕ ਕਰਦੇ ਤੁਹਾਨੂੰ ਬਦਲੀ ਕਰਨਗੇ, ਹੋਰ ਕੀ ਹੈਗਾ? ਨਹੀਂ, ਇਹਨਾਂ ਨੇ ਕੁਰਸੀਆਂ ਨਾਲ ਜੁੜੇ ਰਹਿਣ ਵਾਸਤੇ ਜਲਾਲਤ ਦੀ ਹਰ ਹੱਦ ਜਿਹੜੀ ਹੈਗੀ ਉਹ ਕਰਦੇ ਆ। ਤੁਹਾਡੇ ਪੁਰਾਣੇ ਡੀ ਜੀ ਪੀ ਦਾ ਲੈ ਲਓ, ਜਿਹੜਾ ਦਿਨਕਰ ਗੁਪਤਾ, ਬਦਲ ਕੇ ਅੱਜ ਕੱਲ੍ਹ NIA ਦਾ ਚੀਫ ਲਾਇਆ ਹੋਇਆ ਇਹਨਾਂ ਨੇ, ਠੀਕ ਹੈ, ਉਹ ਤਾਂ ਆਪਦੀ ਜਵਾਨੀ ਲੇਡੀ ਨੂੰ ਲੈ ਕੇ ਚੀਫ ਸੈਕਟਰੀ ਸੀਗੀ, ਉਹ ਰੂਸ ਆਲਮ ਦੇ ਨਾਲ ਫੋਟੋ ਖਿਚਾ ਰਿਹਾ ਅਤੇ ਰੂਸ ਆਲਮ ਦੇ ਉੱਤੇ ਉੱਤੋਂ ਦੇ ਹੱਥ ਰੱਖਿਆ ਹੋਇਆ, ਉਹਦੀ ਵਰਦੀ ਪਾਈ ਹੋਈ, ਉਹਨੂੰ ਕਹਿੰਦੇ ਸ਼ਰਮ ਆਉਣੀ ਚਾਹੀਦੀ ਹੈ ਇਹੋ ਜਿਹੀਆਂ ਵਰਦੀਆਂ ਦੇ ਅਤੇ ਇਹੋ ਜਿਹੀਆਂ ਡਿਊਟੀਆਂ 'ਤੇ, ਅਤੇ ਫਿਰ ਇਹ ਕਹਿੰਦੇ ਕਿ ਇਹਨਾਂ ਨੂੰ ਕੋਈ ਮਾੜਾ ਵੀ ਨਾ ਕਹੇ, ਜਿਹੜੀ ਗੱਲ ਮਾੜੀ ਉਹਨੂੰ ਤਾਂ ਮਾੜੀ ਕਹੀ ਜਾਓ। ਤੁਸੀਂ ਰਾਜਾ ਵੜਿੰਗ ਹੋਰਾਂ ਦੀ ਸਾਰੀ ਟੀਮ ਨੂੰ ਘੇਰ ਕੇ ਇੱਕ ਵੀਡੀਓ ਜਿਹੜੀ ਹੋਈ, ਮੀਡੀਆ ਵੀ ਉੱਥੇ ਮੌਜੂਦ ਸੀ, ਪੂਰਾ ਚੈਲੰਜ ਕੀਤਾ ਕਿ ਆਓ ਇੱਧਰ ਹਿਸਾਬ ਲਈਏ, ਹਿਸਾਬ ਦੇਈਏ, ਉਹ ਕੀ ਗੱਲ ਸੀ, ਕਿਹੜਾ ਹਿਸਾਬ ਲੈਣਾ ਚਾਹੁੰਦੇ? ਸਭ ਆਹੀ ਜਿਹੜੇ ਉਹਨਾਂ ਨੇ ਕਰਤੂਤਾਂ ਕੀਤੀਆਂ, ਇੱਕ ਤਾਂ ਪਹਿਲਾਂ ਪੰਜਾਬ ਦਾ ਉਜਾੜਿਆ ਇਹਨਾਂ ਨੇ, ਮੁੜ ਕੇ ਹੁਣ ਦੂਜੇ ਪਾਸੇ ਆ ਕੇ ਖੜਦੇ ਆ ਵੀ ਅਸੀਂ ਪੋਜੀਸ਼ਨ 'ਚ ਅਸੀਂ ਭਲਾ ਕਰਾਂਗੇ। ਤੁਸੀਂ ਹੀ ਰਾਜਾ, ਤੁਸੀਂ ਹੀ ਪਰਜਾ, ਤੁਸੀਂ ਹੀ ਮਾਰਨ ਵਾਲੇ, ਤੁਸੀਂ ਜਿਉਣ ਵਾਲੇ, ਹੁਣ ਲੋਕ ਜਾਗ ਗਏ ਹੈ। ਉਹ ਸਵਾਲ ਪੁੱਛਿਆ ਸੀ ਇਹਨਾਂ ਕੋਲੋਂ, ਉਹ ਟੈਕਸਟਾਈਲ ਮਿਲ ਜਿਹਦੇ ਹੱਕ ਦੇ ਜਿਹੜਾ ਟੈਕਸਟਾਈਲ ਪਾਰਕ ਸੀਗਾ, ਜਿਹਨੂੰ ਹੁਣ ਇਹਨਾਂ ਨੇ ਵਾਪਸ ਲੈ ਲਿਆ, ਇਹਦੇ ਇਹ ਤਾਂ ਗੁਣ ਗਾਉਂਦੇ ਰਹੇ ਕੈਪਟਨ ਸਰਕਾਰ ਵੇਲੇ ਵੀ ਅਸੀਂ ਬਹੁਤ ਕਰ ਰਹੇ ਹਾਂ, ਲਿਆ ਰਹੇ ਹਾਂ, ਜਦੋਂ ਬਦਲ ਗਿਆ ਕਿ ਦੂਜੇ ਪਾਸੇ ਆ ਕੇ ਵੀ ਤਾਂ ਕਾ ਹੋ ਰਿਹਾ, ਇਹ ਕੁਸ਼ਚਨ ਕੀਤੇ ਸੀ ਵੀ ਤੁਹਾਨੂੰ ਪੁੱਛਣ ਵਾਲਾ ਕੋਈ ਨਹੀਂ, ਇਵੇਂ ਅਕਾਲੀ ਆ ਕੇ ਉੱਥੇ ਬੈਠੇ ਸੀਗੇ, ਤੁਸੀਂ ਉਜਾੜਿਆ ਹੈਗਾ, ਤੁਹਾਡੀ ਤੁਸੀਂ ਸਲਿਊਸ਼ਨ ਦੱਸੋਗੇ? ਜਿਹੜਾ ਬੰਦਾ ਕਾਤਲ ਹੈ ਉਹਦੇ ਤੋਂ ਹੀ ਦਵਾਈ ਲਵਾਂਗੇ ਅਸੀਂ, ਵੀ ਹਾਂ ਹੁਣ ਕਿਵੇਂ ਇਹਨੂੰ ਪੈਦਾ ਕਰੀਏ ਜਾਂ ਦੁਬਾਰਾ ਕਿਵੇਂ ਠੀਕ ਹੋਵੇ ਆਦਮੀ, ਇਹ ਪਰਪਸ ਸੀ ਕਹਿਣ ਦਾ। ਉਦੋਂ ਵੀ ਇਹ ਪੁੱਛਿਆ ਸੀ, ਹੁਣ ਵੀ ਕਹਿ ਰਹੇ ਹਾਂ, ਬਹੁਤ ਕੁਛ ਇਹਨਾਂ ਦੇ ਖਿਲਾਫ਼ ਹੈ, ਇਹ ਰਾਜਾ ਵੜਿੰਗ ਦੇ ਖਿਲਾਫ਼ ਤਾਂ ਇੱਕ ਫੈਮਿਲੀ ਨੇ ਸੁਸਾਈਡ ਕੀਤਾ ਹੋਇਆ ਫਰੀਦਕੋਟ ਦੀ ਨੇ, ਹੁਣ ਮੇਰੇ ਧਿਆਨ 'ਚ ਆਇਆ ਉਹ ਗੱਲ, ਉਹਨੂੰ ਵੀ ਅੱਗੇ ਲੈ ਕੇ ਆਉਂਦੇ ਹਾਂ, ਉਹਨੂੰ ਫੈਮਿਲੀ ਨੂੰ ਕੰਟੈਕਟ ਕਰਾਂਗੇ, ਦੇਖਾਂਗੇ। ਇਹਨਾਂ ਨੇ ਉਦੋਂ ਡਰਾ ਕੇ ਲਾਲਚ ਦੇ ਕੇ ਕੁਛ ਤਰੀਕੇ ਨਾਲ ਉਹਨਾਂ ਨੂੰ ਦਬਾ ਲਿਆ, ਕੋਈ ਫੈਮਿਲੀ ਨੇ ਉਹਦੀ ਸਟੋਰੀ ਪੂਰੀ ਆ ਜਾਣ ਤਾਂ ਮੈਂ ਆਉਣ ਵਾਲੇ ਦਿਨਾਂ 'ਚ ਉਹ ਵੀ ਸਾਹਮਣੇ ਲੈ ਕੇ ਆਊਂਗਾ। ਇਹ ਵੀ ਜਿਵੇਂ ਆਸ਼ੂ ਦੇ ਖਿਲਾਫ਼ ਕਤਲ ਬੋਲਦੇ ਤਾਂ ਹੋ ਸਕਦਾ ਇਹਦੇ ਖਿਲਾਫ਼ ਵੀ ਕਤਲਾਂ ਦੀ ਦਾਸਤਾਨ ਨਵੀਂ ਖੁੱਲ੍ਹ ਪਵੇ, ਬਾਕੀ ਤਾਂ ਘਟੀਆ ਲੋਕ ਅੱਗੇ ਕਿੰਨੀ ਗੱਲ ਕਰਨੀ ਇਹਨਾਂ ਬਾਰੇ।